ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਅਤੇ ਉੱਥੇ ਜੇਕਰ ਗੱਲ ਕਰੀਏ ਤਾਂ ਇਹ ਉਮੀਦਵਾਰ ਲਗਾਤਾਰ ਵਿਰੋਧੀ ਧਿਰਾਂ ਨੂੰ ਰਗੜੇ ਲਗਾਉਂਦੇ ਦਿਖਾਈ ਦੇ ਰਹੇ ਨੇ। ਇਸੇ ਕੜੀ ਤਹਿਤ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਜਮ ਕੇ ਨਿਸ਼ਾਨੇ ਸਾਧੇ ਗਏ ਨੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਇਹ ਦੋਨੋਂ ਇੱਕੋ ਝੰਡੇ ਥੱਲੇ ਇਕੱਠੀਆਂ ਨੇ। ਪੰਜਾਬ ਦੇ ਵਿੱਚ ਜਾਣਬੁੱਝ ਕੇ ਇੱਕ ਦੂਸਰੇ ਦੇ ਖਿਲਾਫ਼ ਹੋਣ ਦਾ ਡਰਾਮਾ ਕਰ ਰਹੀਆਂ ਅਤੇ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹਨਾਂ ਦੇ ਵੱਲੋਂ ਇੱਕ ਫੋਕਾ ਚੁਟਕਲਾ ਸੁਣਾਇਆ ਗਿਆ ਸੀ ਕਿ ਹਰ ਘਰ ਨੌਕਰੀ ਦਾ ਪਰ ਹਰ ਘਰ ਬੇਰੁਜ਼ਗਾਰੀ ਜਿਹੜੀ ਅੱਜ ਦੇਖਣ ਨੂੰ ਮਿਲ ਰਹੀ ਹੈ। ਤੁਹਾਡੇ ਘਰ ਘਰ ਨੌਕਰੀਆਂ ਦੇਵਾਂਗੇ, ਕਿਸਾਨਾਂ ਨੂੰ ਕਹਿੰਦਾ ਤੁਹਾਡਾ ਕਰਜ਼ਾ ਮਾਫ਼ ਕਰ ਦਾਂਗੇ, ਬੀਬੀਆਂ ਨੂੰ ਕਹਿੰਦਾ ਕਿ ਆਹ ਤਾਂ ਕੱਲੀ ਆਟਾ ਦਾਲ ਦਿੰਦੇ ਸੀ, ਘਿਓ ਸ਼ੱਕਰ ਘੱਟ ਚਾਹ ਪੱਤੀ ਵੀ ਦੇਵਾਂਗੇ ਕਹਿੰਦੇ ਸੀ ਨਾ। ਫਿਰ 5 ਸਾਲ ਸਰਕਾਰ ਬਣਾ ਲਈ, ਇੱਥੇ ਕਿਸੇ ਦੇ ਘਰ 'ਚ ਕੋਈ ਨੌਕਰੀ ਆਈ, ਕੋਈ ਬੇਰੁਜ਼ਗਾਰੀ ਭੱਤਾ ਜਿਹੜਾ ਕਹਿੰਦੇ ਸੀ ਉਹ ਮਿਲਿਆ, ਮੋਬਾਈਲ ਫੋਨ ਤੱਕ ਨਹੀਂ ਮਿਲਦਾ। ਤਕੜੀ ਨੂੰ ਦੋਵਾਂ ਨੇ ਇਕੱਠੇ ਹੋ ਕੇ ਝੂਠਾ ਕਹਿ ਸਕਦੀ ਹਾਂ ਕਿ ਤਕੜੀ ਨੇ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਝੂਠਾ ਲਾਰਾ ਨਹੀਂ ਆਇਆ, ਕੁਰਸੀ ਦੀ ਲਾਲਚ ਕਰਕੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ। ਜੋ ਕਿਹਾ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਝੂਠ ਮਾਰਨ ਤੋਂ ਨਹੀਂ ਕਰਦੇ। ਸਾਰੇ ਦੇਸ਼ ਵਿੱਚ ਬਿਹਾਰ 'ਚ, ਹਰਿਆਣਾ, ਰਾਜਸਥਾਨ ਸਮੇਤ ਸਾਰੇ ਦੇਸ਼ ਵਿੱਚ ਆਪਾਂ ਕੱਟੀਆਂ ਕਣਕ ਨੂੰ ਵੀ 15 ਕਿਲੋ ਕਰ ਛੱਡਿਆ, ਬਾਕੀ ਕਾਂਗਰਸੀਆਂ ਨੇ ਬਾਜ਼ਾਰਾਂ 'ਚ ਵੇਚਿਆ।